जस पंजाबी देख रहे सारे दर्शकों का जी आया नूं मैं हां तुहाडे नाल हरकीरत सिंह आलूवालिया लैके हाजिर हां तुहाडा अपना हरमन प्यारा शो अज दा मुद्दा यूके ते यूरोप दे विच वसदे सारे व्यूअर्स नूं मेरी तरफों प्यार भरी सत श्री अकाल। दोस्तों इस मुद्दे दे विच इस प्रोग्राम दे विच असी उन्हां मसलों दे उत्ते गल करदे हां जो कि वाकई नैशनल और इंटरनैशनल प्लेटफॉर्म दे उत्ते गंभीर मसले बने हन। ਮਸਲਿਆਂ ਦੀ ਜੇਕਰ ਗੱਲ ਕਰ ਲਈਏ ਤਾਂ ਉਹ ਧਾਰਮਿਕ ਹੋਣ, ਸਮਾਜਿਕ ਹੋਣ ਜਾਂ ਫਿਰ ਰਾਜਨੀਤਿਕ ਹੋਣ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਮਸਲਿਆਂ ਨੂੰ ਇਸ ਮੁੱਦੇ ਦੇ ਉੱਤੇ, ਇਸ ਸ਼ੋਅ ਦੇ ਉੱਤੇ ਲਿਆਇਆ ਜਾਵੇ ਤਾਂ ਕਿ ਇੱਕ ਆਵਾਜ਼ ਬਣ ਸਕੇ ਔਰ ਤੁਸੀਂ ਵੀ ਸਾਨੂੰ ਇਸ ਸ਼ੋਅ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਆਪਣੇ ਫੀਡਬੈਕਸ, ਆਪਣੇ ਸੁਜੈਸ਼ਨ ਸਾਨੂੰ ਦਿੰਦੇ ਹੋ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਕਾਲਰ ਸਾਨੂੰ ਕਾਲ ਕਰਦੇ ਨੇ ਔਰ ਆਪਣੇ ਫੀਡਬੈਕ ਸਾਨੂੰ ਦਿੰਦੇ ਨੇ। ਅੱਜ ਵੀ ਜਿਸ ਮੁੱਦੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਔਰ ਜਿਸ ਉੱਤੇ ਅਸੀਂ ਅੱਜ ਵਿਚਾਰ ਵਟਾਂਦਰਾ ਕਰਾਂਗੇ, ਵਾਕਈ ਗੰਭੀਰ ਵਿਸ਼ਾ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਪੱਤਰਕਾਰਿਤਾ ਦੇ ਦੌਰ ਦੇ ਵਿੱਚ ਇਸ ਮਸਲੇ ਨੂੰ ਸੁਣਦਾ ਹੋਇਆ ਆਇਆ, ਲੇਕਿਨ ਅੱਜ ਤੱਕ ਕੋਈ ਵੀ ਫੈਸਲਾ ਇਸ ਮੁਤਲਕ ਨਹੀਂ ਹੋਇਆ। ਔਰ ਕਿੱਥੇ ਨਾ ਕਿੱਥੇ ਜਦ ਵੋਟਾਂ ਨਜ਼ਦੀਕ ਆਉਂਦੀਆਂ ਹਨ ਤਾਂ ਇਹਨੂੰ ਇੱਕ ਵੋਟ ਬੈਂਕ ਦੀ ਰਾਜਨੀਤੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ। ਹਰ ਪਾਰਟੀ ਇਹਨੂੰ ਵੋਟਿੰਗ, ਵੋਟ ਅਤੇ ਸਿਆਸਤ ਅਤੇ ਪੋਲੀਟਿਕਸ ਔਰ ਇਹਦੇ ਆਲੇ ਦੁਆਲੇ ਘੁਮਾ ਦਿੰਦਾ ਔਰ ਵੋਟਰਸ ਨੂੰ, ਵਸਨੀਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਪਿਛਲੇ 35 ਸਾਲਾਂ ਤੋਂ ਇੱਕ ਕੇਸ ਜਿਹੜਾ ਉਹ ਸੁਪਰੀਮ ਕੋਰਟ ਦੇ ਅਧੀਨ ਹੈ, ਲੇਕਿਨ ਹਜੇ ਤੱਕ ਇਸ ਮੁਤਲਕ ਕੋਈ ਵੀ ਡਿਸੀਜਨ ਨਹੀਂ ਲਿੱਤਾ ਗਿਆ। ਜੇਕਰ ਇਹ ਮਸਲਾ ਘੁੰਮਿਆ ਤਾਂ ਸਿਰਫ ਸਿਆਸੀ ਗਲਿਆਰਿਆਂ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਔਰ ਲੋਕ ਸਭਾ ਦੇ ਵਿੱਚ। ਔਰ ਇਸ ਮਸਲੇ ਦੇ ਵਿੱਚ ਜੇਕਰ ਮੈਂ ਗੱਲ ਕਰਾਂ, ਇੰਨੀ ਗੰਭੀਰਤਾ ਹੈ, ਇੰਨਾ ਅਹਿਮ ਮਸਲਾ ਹੈ ਕਿ ਸਰਕਾਰ ਸਿਰਫ ਇਹਨੂੰ ਵੋਟ ਬੈਂਕ ਦੀ ਰਾਜਨੀਤੀ ਮੰਨਦਾ ਹੈ। ਜਿਵੇਂ ਅੱਜ ਤੱਕ 33 ਸਾਲ ਹੋ ਗਏ, ਪਹਿਲਾਂ ਦੰਗਾ ਪੀੜਤ ਕਿਹਾ ਜਾਂਦਾ ਸੀਗਾ 1984 ਨੂੰ, ਫਿਰ ਜੈਨੋਸਾਈਡ ਕਹਾਇਆ, ਲੇਕਿਨ ਇਨਸਾਫ ਹਜੇ ਨਹੀਂ ਮਿਲਿਆ। ਐਵੇਂ ਇੱਕ ਹੋਰ ਮਸਲਾ ਹੈ ਕਿ ਜੋ ਵਾਕਈ ਟੀਵੀ ਡਿਬੇਟਾਂ ਦੇ ਉੱਤੇ ਸੁਣਨ ਨੂੰ ਮਿਲਦੀ ਹੈ ਔਰ ਜਦ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਜਾਂ ਫਿਰ ਕੋਈ ਹੋਰ ਚੋਣਾਂ ਨਜ਼ਦੀਕ ਆਉਂਦੀਆਂ ਤਾਂ ਇਸ ਮੁਤਲਕ ਗੱਲ ਹੁੰਦੀ ਹੈ ਔਰ ਅਖਬਾਰਾਂ ਦੇ ਵਿੱਚ ਸੁਰਖੀਆਂ ਬਣਦੀ ਹੈ, ਟੀਵੀ ਡਿਬੇਟਸ ਹੁੰਦੀ ਹੈ, ਨਿਊਜ਼ ਬਣਦੀ ਹੈ, ਖਬਰਾਂ ਬਣਦੀ ਹੈ, ਬਸ ਉਸ ਟਾਈਮ ਤੱਕ ਮਾਹੌਲ ਬਣਦਾ, ਫਿਰ ਗੁੰਮ ਹੋ ਜਾਂਦੀ ਹੈ, ਅਲੋਪ ਹੋ ਜਾਂਦੀ ਹੈ, ਪਤਾ ਹੀ ਨਹੀਂ ਚੱਲਦਾ ਕਿ ਇਸ ਮਸਲੇ ਬਾਰੇ ਗੱਲ ਹੋ ਵੀ ਰਹੀ ਹੈ ਕਿ ਨਹੀਂ ਹੋ ਰਹੀ। ਲੇਕਿਨ ਜਦ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਇਸ ਮਸਲੇ ਨੂੰ ਉਠਾਇਆ ਜਾਂਦਾ ਤਾਂ ਕਿਤੇ ਨਾ ਕਿਤੇ ਫਿਰ ਉਹ ਆਵਾਜ਼ ਜਿਹੜੀ ਹੈ ਉਹਨਾਂ ਗਲਿਆਰਾਂ ਵਿੱਚ ਵਾਪਸ ਪਹੁੰਚਦੀ ਹੈ, ਚਾਹੇ ਉਹ ਸਿਆਸੀ ਗਲਿਆਰੇ ਹੋਣ, ਚਾਹੇ ਉਹ ਰਾਜਨੀਤਿਕ ਗਲਿਆਰੇ ਹੋਣ, ਚਾਹੇ ਉਹ ਵਿਧਾਨ ਸਭਾ ਦੀਆਂ ਗੈਲਰੀ ਹੋਏ, ਚਾਹੇ ਉਹ ਲੋਕ ਸਭਾ ਦੀ ਗੈਲਰੀ ਹੋਏ, ਲੇਕਿਨ ਮਸਲਾ ਪਹੁੰਚਦਾ, ਫਿਰ ਉਹ ਮਸਲੇ ਦੇ ਉੱਤੇ ਆਵਾਜ਼ ਉੱਠਦੀ ਹੈ, ਲੇਕਿਨ ਫਿਰ ਉਹ ਗਾਇਬ ਹੋ ਜਾਂਦਾ। ਇਹ ਪਿਛਲੇ 35 ਸਾਲਾਂ ਤੋਂ ਹੋ ਰਿਹਾ, ਇਟਸ ਬੀਨ 35 ਈਅਰਸ। ਪੰਜਾਬ ਐਂਡ ਹਰਿਆਣਾ ਦੇ ਬੋਥ ਆਰ ਫਾਈਟਿੰਗ ਔਨ ਦਿਸ ਇਸ਼ੂ। ਹੁਣ ਤੁਹਾਨੂੰ ਇਹ ਤਸਵੀਰ ਸਾਫ਼ ਹੋ ਰਹੀ ਹੋਣੀ ਹੈ ਕਿ ਅੱਜ ਮੈਂ ਕਿਸ ਵਿਸ਼ੇ 'ਤੇ ਗੱਲ ਕਰਨ ਵਾਲਾ। ਸੁਪਰੀਮ ਕੋਰਟ ਨੇ ਕਿਹਾ ਕਿ ਬਈ ਤੁਸੀਂ ਦੋਨੋਂ ਆਪਸ 'ਚ ਸੁਲਝਾ ਲਓ ਇਸ ਮਸਲੇ ਨੂੰ। ਸਿਆਸਤਦਾਨ ਕਹਿੰਦੇ ਨਹੀਂ, ਅਸੀਂ ਤਾਂ ਇਹਨੂੰ ਵੋਟ ਬੈਂਕ ਦੀ ਤਰ੍ਹਾਂ ਯੂਸ ਇਸਤੇਮਾਲ ਕਰਾਂਗੇ, ਜਦ ਸਾਡੀ ਚੋਣਾਂ ਆਉਂਦੀ ਹੈ ਤਾਂ ਸਾਨੂੰ ਇਹ ਮਸਲਾ ਬਹੁਤ ਫਾਇਦਾ ਪਹੁੰਚਾਉਂਦਾ, ਕਿਉਂਕਿ ਸੈਂਟੀਮੈਂਟਸ ਜੁੜੇ ਹੋਏ ਨੇ ਨਾ, ਹਰਿਆਣਾ ਦੇ ਵੀ ਸੈਂਟੀਮੈਂਟ ਜੁੜੇ ਹੋਏ ਨੇ ਇਸ ਮਸਲੇ ਦੇ ਉੱਤੇ, ਪੰਜਾਬ ਦੇ ਵੀ ਸੈਂਟੀਮੈਂਟਸ ਜੁੜੇ ਹੋਏ ਨੇ ਇਸ ਮਸਲੇ ਦੇ ਉੱਤੇ। ਸਮੇਂ ਸਮੇਂ ਦੀਆਂ ਸਰਕਾਰਾਂ ਬਦਲ ਗਈਆਂ, ਸਮੇਂ ਸਮੇਂ ਦੇ ਝੰਡੇ ਬਦਲ ਗਏ ਪਾਰਟੀਆਂ ਦੇ, ਪੱਗਾਂ ਬਦਲ ਗਈਆਂ, ਮਸਲਾ ਨਹੀਂ ਬਦਲਿਆ, ਉਹੀ ਮਸਲਾ ਅੱਜ ਤੱਕ। ਖਬਰ ਸਾਹਮਣੇ ਆ ਰਹੀ ਹੈ
ਕਿ ਇਸ ਮਸਲੇ ਨੂੰ ਲੈ ਕੇ ਥੋੜ੍ਹਾ ਜਿਹਾ ਗੰਭੀਰ ਹੋਇਆ ਹਰਿਆਣਾ। ਪੰਜਾਬ ਔਰ ਪੰਜਾਬ ਦੇ ਸਿਆਸਤਦਾਨ ਹਜੇ ਨਰਮ ਨੇ। ਆਪਾਂ ਪਾਸ ਦੀ ਜੇਕਰ ਗੱਲ ਕਰ ਲਈਏ ਤਾਂ ਕਈ ਪਾਰਟੀਆਂ ਬਦਲੀਆਂ, ਕਈ ਪਾਰਟੀ ਸੱਤੇ ਦੇ ਵਿੱਚ ਆਈਆਂ ਔਰ ਸੱਤੇ ਦੇ ਲਾਲਚ ਦੇ ਵਿੱਚ ਉਹਨਾਂ ਨੇ ਫੈਸਲੇ ਤਾਂ ਕੀਤੇ, ਵਾਅਦੇ ਤਾਂ ਕੀਤੇ, ਲੇਕਿਨ ਉਹਨਾਂ ਨੂੰ ਅਮਲੀ ਜਾਮਾ ਨਹੀਂ ਬਣਾਇਆ ਗਿਆ, ਉਹ ਇੰਪਲੀਮੈਂਟ ਨਹੀਂ ਹੋਏ ਕਿੱਥੇ ਨਾ ਕਿੱਥੇ। ਕ੍ਰੈਡਿਟ ਲੈਣ ਦੀ ਹੋੜ ਦੇ ਵਿੱਚ ਕਈ ਸਿਆਸਤਦਾਨਾਂ ਨੇ ਇਹ ਕਹਿਤਾ ਕਿ ਅਸੀਂ ਇਸ ਮਸਲੇ ਦੇ ਉੱਤੇ ਆਪਣੀ ਜਾਨ ਤੱਕ ਵੀ ਦੇ ਦਾਂਗੇ, ਅਸੀਂ ਕੁਰਬਾਨੀ ਵੀ ਦੇ ਦਾਂਗੇ, ਜੇਕਰ ਸਾਨੂੰ ਸ਼ਹਾਦਤ ਵੀ ਦੇਣੀ ਪਈ ਅਸੀਂ ਸ਼ਹਾਦਤ ਵੀ ਦੇ ਦਾਂਗੇ। ਸਿਰਫ ਇਹ ਸ਼ਹਾਦਤ, ਕੁਰਬਾਨੀ, ਜਾਨ, ਮਰ ਜਾਵਾਂਗੇ, ਮਿੱਟ ਜਾਵਾਂਗੇ, ਇਹ ਵਰਡ, ਇਹ ਸ਼ਬਦਾਵਲੀ, ਇਹਦੀ ਵਰਤੋਂ ਹੁੰਦੀ ਹੈ ਜਦ ਚੋਣਾਂ ਪੰਜਾਬ ਦੇ ਵਿੱਚ ਆਉਂਦੀਆਂ। ਉਸ ਤੋਂ ਪਹਿਲਾਂ ਗੁੰਮ, ਕਿਸੇ ਨੂੰ ਕੋਈ ਫਿਕਰ ਨਹੀਂ। ਹਰਿਆਣਾ ਦੇ ਵਿੱਚ ਔਰ ਪੰਜਾਬ ਦੇ ਵਿੱਚ ਅਗਰ ਮਸਲਾ ਹੈ ਦੋਨਾਂ ਦੇ ਵਿੱਚ ਵਿਵਾਦਾਂ ਦਾ, ਤਾਂ ਇੱਕ ਤਾਂ ਚੰਡੀਗੜ੍ਹ ਨੂੰ ਲੈ ਕੇ ਹੈ ਜੋ ਅਜੇ ਤੱਕ ਤਸਵੀਰ ਸਾਫ਼ ਨਹੀਂ ਹੋਈ ਹੈ, ਔਰ ਦੂਜੇ ਪਾਸੇ ਹੈ ਸਤਲੁਜ ਯਮੁਨਾ ਲਿੰਕ SYL। ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਜਿਹੜੀ ਹੈ ਉਹ ਕਿੰਨੀ ਵਾਰ ਅਸੀਂ ਵੇਖੀ ਹੈ। ਉੱਥੋਂ ਦੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜਾਨ ਨਛਾਵਰ ਕਰ ਦਿੱਤੀ ਇਸ ਦੇ ਪਿੱਛੇ, ਔਰ ਜੇਲ੍ਹਾਂ ਦੇ ਵਿੱਚ ਬੰਦ ਹੋਏ, ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਸਹੁੰ ਖਾਧੀ ਹੈ ਕਿ ਪੰਜਾਬ ਦਾ ਪਾਣੀ ਅਸੀਂ ਕਿੱਥੇ ਨਹੀਂ ਜਾਣ ਦੇਵਾਂਗੇ। ਉੱਥੇ ਦੂਜੇ ਪਾਸੇ ਜੇਕਰ ਮੈਂ ਪਿੱਛੇ ਚਲੇ ਜਾਵਾਂ ਤਾਂ ਓਮ ਪ੍ਰਕਾਸ਼ ਚੌਟਾਲਾ, ਕਈ ਹੋਰ ਗੰਭੀਰ ਔਰ ਆਪਣੇ ਸਿਆਸਤਦਾਨ ਜਿਹੜੇ ਨੇ ਹਰਿਆਣਾ ਦੇ ਵਿੱਚ, ਉਹਨਾਂ ਨੇ ਮਸਲੇ ਚੱਕੇ ਕਿ ਅਸੀਂ ਹਰਿਆਣਾ ਦਾ ਪਾਣੀ ਜਿਹੜਾ ਉਹ ਪੰਜਾਬ ਤੋਂ ਲਿਆ ਕੇ ਰਵਾਂਗੇ, ਲੇਕਿਨ ਦੋਨਾਂ ਸੂਬਿਆਂ ਦੇ ਵਿੱਚ ਸਿਰਫ ਸਿਆਸਤ ਵੇਖਣ ਨੂੰ ਮਿਲੀ। ਹਜੇ ਤੱਕ ਇਸ ਮੁਤਲਕ ਕੋਈ ਵੀ ਵੱਡਾ ਫੈਸਲਾ ਜਿਹੜਾ ਨਹੀਂ ਲਿੱਤਾ ਗਿਆ। ਸੁਪਰੀਮ ਕੋਰਟ ਕਿੰਨੀ ਵਾਰ ਕਹਿ ਚੁੱਕਿਆ ਕਿ ਹਰਿਆਣਾ ਪੰਜਾਬ ਦੇ ਦੋਨੋਂ ਸਿਆਸਤਦਾਨ ਬੈਠਣ ਇਸ ਫੈਸਲੇ 'ਤੇ ਸਮਝੌਤਾ ਕਰਨ। ਹੁਣ ਖਬਰ ਹੈ ਸਾਹਮਣੇ ਆਈ ਹੈ ਕਿ ਹਰਿਆਣਾ ਜਿਹੜਾ ਉਹ ਸੁਪਰੀਮ ਕੋਰਟ ਦੇ ਅਧੀਨ ਜਾ ਰਿਹਾ, ਸੁਪਰੀਮ ਕੋਰਟ ਦੇ ਕੋਲ ਜਾ ਰਿਹਾ, ਔਰ ਫੈਸਲਾ ਆਪਣੇ ਹੱਕ ਦੇ ਵਿੱਚ ਉਹ ਕਰਵਾ ਸਕਦਾ, ਲੇਕਿਨ ਇਹ ਫੈਸਲਾ ਜਿਹੜਾ ਮਾਣਯੋਗ ਅਦਾਲਤ ਨੇ ਕਰਨਾ ਹੈ। ਲੇਕਿਨ ਪ੍ਰੈਸ਼ਰ ਇਹ ਕ੍ਰੀਏਟ ਕੀਤਾ ਜਾ ਰਿਹਾ ਕਿ ਹੁਣ ਕੇਂਦਰ ਦੇ ਵਿੱਚ BJP ਦੀ ਸਰਕਾਰ ਹੈ, ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਹਨ, ਤਾਂ ਉਸ ਤੋਂ ਪਹਿਲਾਂ ਸੈਂਟੀਮੈਂਟਸ ਜਿਹੜੇ ਨੇ ਉਹ ਜਿੱਤ ਲਈਏ ਅਸੀਂ ਹਰਿਆਣਾ ਦੇ ਵਿੱਚ ਵਸਦੇ ਵਸਨੀਕਾਂ ਦੇ, ਅਤੇ ਫੈਸਲਾ ਹਰਿਆਣਾ ਦੇ ਹੱਕ ਦੇ ਵਿੱਚ ਚਲਾ ਜਾਏ, ਕਿਉਂਕਿ ਵਿਧਾਨ ਸਭਾ ਚੋਣਾਂ ਜੋ ਆ ਰਹੀਆਂ ਹਨ। ਹਰਿਆਣਾ ਦੇ ਵਿੱਚ ਇਨੈਲੋ ਪਾਰਟੀ ਦੀ ਜੇਕਰ ਮੈਂ ਗੱਲ ਕਰਾਂ, INLD ਦੀ ਗੱਲ ਜੇਕਰ ਮੈਂ ਗੱਲ ਕਰਾਂ, ਤਾਂ ਹਰ ਪਾਰਟੀ ਇਸ ਮੁੱਦੇ ਨੂੰ ਚੱਕ ਰਹੀ ਹੈ, ਔਰ ਕਿਤੇ ਨਾ ਕਿਤੇ ਕ੍ਰੀਏਟ ਹੋ ਵੀ ਰਿਹਾ ਪ੍ਰੈਸ਼ਰ ਕਿ ਸੁਪਰੀਮ ਕੋਰਟ ਹਰਿਆਣਾ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਸਕਦੀ ਹੈ। ਇਹ ਦਲੀਲਾਂ ਜਿਹੜੀਆਂ ਹਨ ਇਹ ਮੀਡੀਆ ਰਿਪੋਰਟਸ ਦੇ ਵਿੱਚ ਆ ਰਹੀਆਂ ਹਨ, ਲੇਕਿਨ ਪੰਜਾਬ ਦੇ ਵਿੱਚ ਕੁੰਭਕਰਨੀ ਨੀਂਦ ਸੋਏ ਹੋਏ ਸਾਡੇ ਸਿਆਸਤਦਾਨ ਹੁਣ ਕਿੱਥੇ ਨੇ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਆ ਕਿਹਾ ਸੀਗਾ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਰਹੇਗਾ, ਕਿੱਥੇ ਨਹੀਂ ਜਾਣ ਦੇਵਾਂਗੇ, ਜੇਕਰ ਸਾਨੂੰ ਕੁਰਬਾਨੀ ਵੀ ਦੇਣੀ ਪਈ ਅਸੀਂ ਕੁਰਬਾਨੀ ਦੇ ਦਾਂਗੇ, ਲੇਕਿਨ ਪੰਜਾਬ ਦਾ ਪਾਣੀ ਕਿੱਥੇ ਨਹੀਂ ਜਾਣ ਦੇਵਾਂਗੇ। ਹੁਣ ਉਹ ਸਿਆਸਤਦਾਨ ਕਿੱਥੇ ਗਏ? ਇੱਕ ਵੀ ਮੀਡੀਆ ਦੇ ਉੱਤੇ ਹੁਣ ਉਹਨਾਂ ਦੀ ਰਿਪੋਰਟ ਨਹੀਂ ਆ ਰਹੀ, ਇੱਕ ਵੀ ਬਾਈਟ, ਇੱਕ ਵੀ ਪ੍ਰਤੀਕਿਰਿਆ, ਇੱਕ ਵੀ ਰਿਐਕਸ਼ਨ ਨਹੀਂ ਆ ਰਹੀ। ਮੈਂ ਖੁਦ ਗੱਲ ਕਰਾਂ, ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਦੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਏ, ਸਟੈਂਡ ਕਲੀਅਰ ਕਿਉਂ ਨਹੀਂ ਹੋ ਰਿਹਾ ਕਿ ਹਾਂਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਵਾਂਗੇ, ਅਸੀਂ ਵੀ ਸੁਪਰੀਮ ਕੋਰਟ ਦੇ ਜੋ ਵੀ ਫੈਸਲਾ ਆਏਗਾ ਉਹਦੇ ਉਹਦੀ ਪਟੀਸ਼ਨ ਪਾਵਾਂਗੇ, ਜਾਂ ਅਜਿਹੀਆਂ ਕੋਈ ਗੱਲਾਂ ਨਹੀਂ ਸੁਣਨ ਨੂੰ ਮਿਲ ਰਹੀਆਂ। ਸਵਾਲ ਇੱਥੇ ਇਹ ਬਣਦਾ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੇਂਦਰ ਸਰਕਾਰ ਦਾ ਪ੍ਰੈਸ਼ਰ ਹੈ, ਔਰ ਵਾਕਈ ਕੈਪਟਨ ਅਮਰਿੰਦਰ ਸਿੰਘ ਔਰ ਸ਼੍ਰੋਮਣੀ ਅਕਾਲੀ ਦਲ ਅੰਦਰ ਹੀ ਦੀ ਅੰਦਰੋਂ ਕੋਈ ਗੱਲ ਚੱਲ ਰਹੀ ਹੈ। ਇਹ ਜਿਹੜੀ ਖਬਰਾਂ ਨੇ
ਇਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਭਖਦੀਆਂ ਜਾ ਰਹੀਆਂ ਹਨ। ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਣਾ ਕਿ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੈਸਲਾ ਜਿਹੜਾ ਉਹ ਹਰਿਆਣਾ ਦੇ ਹੱਕ ਦੇ ਵਿੱਚ ਆ ਸਕਦਾ, ਸਵਾਲ ਬਣਿਆ ਹੋਇਆ। ਦੂਜਾ ਸਵਾਲ ਬਣਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਕਿਉਂ ਨਹੀਂ ਇਸ ਮੁੱਦੇ ਦੇ ਮੁਤਲਕ ਆਪਣੇ ਸਟੈਂਡ ਨੂੰ ਕਲੀਅਰ ਕਰ ਰਹੀ। ਕੌਣ ਕਰੇਗਾ ਸਟੈਂਡ ਕਲੀਅਰ ਪੰਜਾਬ ਦੇ ਵਿੱਚ ਸਤਲੁਜ ਯਮੁਨਾ ਲਿੰਕ ਨੂੰ ਲੈ ਕੇ? ਕੌਣ ਕਰੇਗਾ ਰਖਵਾਲੀ ਪਾਣੀਆਂ ਦੀ? ਇਸੀ ਮੁਤਲਕ ਅੱਜ ਅਸੀਂ ਕਰਾਂਗੇ ਵਿਚਾਰ ਵਟਾਂਦਰਾ। ਬ੍ਰੇਕ ਲਈ ਜਾ ਰਹੇ ਹਾਂ, ਬ੍ਰੇਕ ਤੋਂ ਬਾਅਦ ਮੈਂ ਕੋਸ਼ਿਸ਼ ਕਰ ਰਿਹਾ ਕਿ ਹਰਿਆਣਾ ਦੇ ਕਈ ਲੀਡਰਸ ਨੂੰ ਜੋੜਿਆ ਜਾਏ ਅਤੇ ਪੰਜਾਬ ਦੇ ਕਈ ਲੀਡਰਸ ਨੂੰ ਜੋੜਿਆ ਜਾਏ ਔਰ ਇਸ ਮੁਤਲਕ ਸਟੈਂਡ ਕਲੀਅਰ ਕੀਤਾ ਜਾਏ ਕਿ ਹਰਿਆਣਾ ਦਾ ਕੀ ਸਟੈਂਡ ਹੈ ਔਰ ਪੰਜਾਬ ਦੇ ਸਿਆਸਤਦਾਨਾਂ ਦਾ ਕੀ ਸਟੈਂਡ ਹੈ। ਇਸ ਬ੍ਰੇਕ ਤੋਂ ਉਸ ਪਾਰ